ਸਫਾਈ ਕਰਮਚਾਰੀ ਯੂਨੀਅਨ ਪੰਜਾਬ ਦੇ ਬਲੌਰ ਇਕਾਈ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਸੈਂਕੜੇ ਕਰਮਚਾਰੀਆਂ ਸਮੇਤ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਹੋਏ SDM ਨੂੰ ਆਪਣੀਆਂ ਹੱਕੀ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ। ਇਸ ਮੌਕੇ ਉਹਨਾਂ ਕਿਹਾ ਕਿ ਦਰਜਾ 4 ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, 2014 ਤੋਂ ਜਿਹੜੀਆਂ ਪੈਨਸ਼ਨ ਸਕੀਮਾਂ ਬੰਦ ਕੀਤੀਆਂ ਹੋਈਆਂ ਹਨ ਤੁਰੰਤ ਮੁੜ ਬਹਾਲ ਕੀਤੀਆਂ ਜਾਵੇ, ਠੇਕਾ ਸਿਸਟਮ ਬੰਦ ਕੀਤਾ ਜਾਵੇ ਅਤੇ ਹੋਰ ਮੰਗਾਂ ਪੂਰੀਆਂ ਕਰਨ ਸੰਬੰਧੀ ਮੰਗ ਪੱਤਰ ਦਿੱਤਾ। ਉਹਨਾਂ ਕਿਹਾ ਕਿ ਅਸੀਂ ਦਰਜਾ 4 ਕਰਮਚਾਰੀ, ਸਫਾਈ ਕਰਮਚਾਰੀ, ਬਿਜਲੀ ਮਹਿਕਮਾ, ਡਰਾਈਵਰ, ਮਾਲੀ, ਕੰਮ ਚੌਂਕੀਦਾਰ ਅਤੇ ਠੇਕਾ ਸਿਸਟਮ ਮੁਲਾਜ਼ਮਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਦਾ ਸਮਰਥਨ ਕਰਨ ਲਈ ਨਗਰ ਕੌਂਸਲਰ, ਫਲੋਰ ਦੇ ਕੌਂਸਲਰ ਅਤੇ EOB ਹਾਜ਼ਰ ਹੋਏ। ਇਸ ਮੌਕੇ ਹਾਜ਼ਰ ਸਫਾਈ ਕਰਮਚਾਰੀਆਂ 'ਚ ਮਿੰਨੀ ਲਾਲ ਪ੍ਰਧਾਨ, ਰਜਿੰਦਰ ਕੁਮਾਰ ਵਾਈਸ ਪ੍ਰਧਾਨ, ਰਾਮ ਲਾਲ ਜਰਨਲ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਫਲੋਰ ਤੋਂ ਅਮਰਜੀਤ ਸਿੰਘ ਮੋਨੂ ਦੀ ਖਾਸ ਰਿਪੋਰਟ। ਬੋਲਦੇ ਪਏ ਆ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਪਹਿਲੀ ਮੰਗ ਸਾਡੀ ਇਹ ਹੈ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕਰੋ, ਜਿਹੜੀ ਪੇ ਕਮਿਸ਼ਨ ਲੱਗੀ ਆ ਪੱਕੇ ਮੁਲਾਜ਼ਮਾਂ ਨੂੰ ਉਹ ਦਿੱਤੀ ਜਾਵੇ, ਸਾਡੇ ਹੱਕ ਇੱਥੇ ਰੱਖ। ਸਾਡੇ ਬਸ ਇਹੀ ਮੰਗ ਵਾ ਸਾਡੀ ਸਰਕਾਰ ਕੋਲੋਂ, ਅਸੀਂ ਬਸ ਇਹੀ ਮੰਗਦੇ ਹਾਂ ਸਰਕਾਰ ਅੱਗੇ, ਇਹੀ ਮਿੰਨਤਾਂ ਕਰਦੇ ਹਾਂ ਵਾਰ ਵਾਰ, ਸਾਡੇ ਹੱਕ ਇੱਥੇ ਰੱਖ, ਪੱਕੇ ਕਰੋ। ਪ੍ਰਧਾਨ ਨੇ ਜੀ ਸਾਨੂੰ ਅੱਜ ਇਹੀ ਕਿਹਾ ਜੀ ਅਸੀਂ ਤੁਹਾਡੇ ਨਾਲ ਹੀ ਆ ਜੀ, ਤੁਹਾਡੇ ਹੱਕ ਤੁਹਾਨੂੰ ਦਵਾ ਕੇ ਰਵਾਂਗੇ ਜੀ। ਪ੍ਰਧਾਨ ਵੀ ਮੁਲਾਜ਼ਮਾਂ ਦੀਆਂ, ਕੱਚੇ ਮੁਲਾਜ਼ਮ ਪੱਕੇ ਕਰੋ, ਠੇਕੇਦਾਰੀ ਸਿਸਟਮ ਬੰਦ ਕਰੋ, 2004 ਤੋਂ ਜਿਹੜੀ ਪੈਨਸ਼ਨ ਬੰਦ ਕੀਤੀ ਆ ਉਹਨੂੰ ਤੁਰੰਤ ਲਾਗੂ ਕਰੋ। ਤੁਸੀਂ ਅੱਜ ਮੰਗ ਪੱਤਰ ਦਿੱਤਾ, ਕਿਹਨੂੰ ਦਿੱਤਾ? ਅਸੀਂ ਅੱਜ ਮੰਗ ਪੱਤਰ ਤਹਿਸੀਲਦਾਰ ਸਾਹਿਬ ਨੂੰ ਦੇ ਕੇ ਆਏ ਹਾਂ, ਜੋ SDM ਸਾਹਿਬ ਦਾ ਹੁਕਮ ਹੋਇਆ ਸੀਗਾ ਤਹਿਸੀਲਦਾਰ ਸਾਹਿਬ ਨੂੰ ਦੇਣ ਬਾਰੇ, ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ। ਉਸ ਤੋਂ ਬਾਅਦ ਅਸੀਂ ਆਪਣੇ ਦਫ਼ਤਰ ਆ ਕੇ ਸਟ੍ਰਾਈਕ 'ਤੇ ਬੈਠ ਗਏ। ਇਹ ਸਟ੍ਰਾਈਕ ਤੁਸੀਂ ਅੱਜ ਤੋਂ ਸ਼ੁਰੂ ਕੀਤੀ ਆ? ਅੱਜ ਤੋਂ। ਕਦੋਂ ਤੱਕ ਚਲਾਉਂਗੇ? ਹਮੇਸ਼ਾ ਸਮੇਂ ਲਈ, ਜਦ ਤੱਕ ਸਾਨੂੰ ਹਾਈ ਕਮਾਂਡ ਦਾ ਉੱਪਰੋਂ ਹੁਕਮ ਹੈ ਅਸੀਂ ਨਹੀਂ ਦੇ ਸਕਦੇ। ਸ਼ਹਿਰ 'ਚ ਕੋਈ ਸਫਾਈ ਦਾ ਕੰਮ ਨਹੀਂ ਹੁੰਦਾ? ਹਲੇ ਫਿਲਹਾਲ ਜੋ ਸਮਝੌਤਾ ਚੱਲ ਰਿਹਾ, ਜੋ ਸਮਝੌਤੇ ਦੇ ਨਾਲ ਚੱਲ ਕੇ ਉਹਦੇ ਨਾਲ ਅਸੀਂ ਦੱਸਾਂਗੇ। ਜਿੱਦਾਂ ਕਿ ਉਹਨਾਂ ਨੇ, ਅਫਸਰਾਂ ਨੇ ਕਿਹਾ ਆ, MP ਸਾਹਿਬ ਸਾਡੇ ਨਾਲ ਆ, ਪ੍ਰਧਾਨ ਜੀ ਸਾਡੇ ਨਾਲ ਆ, ਇਹਨਾਂ ਦਾ ਵੀ ਅਸੀਂ ਸੁਣਨਾ ਪਾ ਸੁਣ ਕੇ ਫਿਰ ਉਹਦੇ ਹਿਸਾਬ ਦੇ ਨਾਲ ਅਸੀਂ ਸਾਰਾ ਆਪਣਾ ਫੈਸਲਾ ਲਵਾਂਗੇ। ਜੇ ਕਹਿਣਗੇ ਵੀ ਸਫਾਈ ਕਰਨ ਨੂੰ ਫਿਰ ਤੁਸੀਂ ਕਰੋਗੇ? ਜੇ ਸਾਨੂੰ ਕੋਈ ਕਰੋਨਾ ਟਾਈਮ ਦੇ ਵਿੱਚ ਮੁੱਖ ਰੱਖਦੇ ਹੋਏ ਜੇ ਕੋਈ ਸਾਡੇ ਲਈ ਐਮਰਜੈਂਸੀ ਕੋਈ ਵੀ ਹੋਊਗੀ, ਅਸੀਂ ਉਹਨੂੰ ਇਨਕਾਰ ਨਹੀਂ ਕਰਾਂਗੇ। ਖਾਸ ਕਰਕੇ ਕਰੋਨਾ ਟਾਈਮ ਨੂੰ ਮੁੱਖ ਰੱਖਦੇ ਹੋਏ ਕੋਈ ਏਦਾਂ ਦਾ ਕੋਈ ਹੁੰਦੀ ਹੈ ਤੇ ਅਸੀਂ ਆਪਣੇ ਮੁਲਾਜ਼ਮ ਨੂੰ ਕਹਾਂਗੇ ਕਿ ਐਮਰਜੈਂਸੀ ਹੈ ਤੇ ਜਾਣਾ ਪੈਣਾ। ਕਹਿਣ ਦਾ ਮਤਲਬ ਜਿਹੜੀ ਹੜਤਾਲ ਹੈ ਸਮੇਂ ਲਈ ਨਮਸਤੇ ਸਮੇਂ ਲਈ।